ਇਹ ਬਈ ਤੁਹਾਡੇ ਨਾਲ ਵੀ ਹੁੰਦਾ ਸਾਰਿਆਂ ਨਾਲ ਇਹਦੀ ਸ਼ਕਲ ਜੀ ਉਹ ਭੋਲੀ ਆ ਹਰਾਮੀ ਬਹੁਤ ਹੈ ਮੈਂ ਤਾਂ ਹਿਸਾਬ ਲਾ ਲਿਆ ਨਾ ਜਿਨ੍ਹਾਂ ਕੋਲ ਚੱਲੇ ਆ ਮਨੂ ਸ਼ਰਮਾ ਵਰਗੇ ਵੀਰੇ ਉਹਨਾਂ ਦੇ ਮਨੂ ਸਿੱਖ ਵੀਰੇ ਉਹਨਾਂ ਦੇ ਬੈਸਟ ਫਰੈਂਡ ਨੇ ਯਾਨੀ ਅੱਗੇ ਜਾ ਕੇ ਤਾਂ ਇਹ ਰੋਡ ਹੀ ਖਤਮ ਹੋ ਜਾਂਦੀ ਆ ਮੈਂ ਗੱਡੀ ਬੈਕ ਕਰ ਲਿਆ ਉੱਥੇ ਮੇਰੇ ਤੋਂ ਬਈ ਅੱਗੇ ਤਾਂ ਮੈਨੂੰ ਲੱਗਦਾ ਬੰਨ ਬੁੰਨ ਲਾਉਣ ਲੱਗ ਗਏ ਤੇ ਇਹਦੀ ਵੇਟ ਬਾਈ ਅਸੀਂ ਘੱਟੋ ਘੱਟ 2 ਸਾਲ ਕੀਤੀ ਆ ਬਰੀਡ ਦੀ ਪੰਜਾਬ ਦਾ ਪਹਿਲਾਂ ਹੋਣ ਵਾਲਾ ਇਹ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਹੋਪਫੁਲੀ ਵੀਰੇ ਸਾਰੇ ਠੀਕ ਹੋਵੋਗੇ ਮੈਂ ਗਗਨਦੀਪ ਪਪੀ ਪੈਸ਼ ਤੋਂ ਅਤੇ ਅੱਜ ਵੀ ਮੈਂ ਜਾਣਾ ਸੀ ਹਰਿਆਣੇ ਦੇ ਵਿੱਚ ਸ਼ਾਮ ਦੇ 4:30 ਹੋ ਗਏ ਨੇ ਲੇਟ ਹੋ ਗਿਆ ਪਰ ਕੋਈ ਗੱਲ ਨਹੀਂ ਚਲੋ ਆਪਾਂ ਇੱਕ ਪਪੀ ਡਿਲੀਵਰ ਕਰਨਾ ਫੈਮਿਲੀ ਨੂੰ ਦੇਣਾ ਮਤਲਬ ਕੈਨੇਡਾ ਤੋਂ ਬੁਕਿੰਗ ਹੋਈ ਆ ਹਸਕੀ ਆ ਬਹੁਤ ਸੋਹਣਾ ਵਾਈਟ ਕਲਰ ਦਾ ਦਿਖਾਉਂਦਾ ਮੈਂ ਤੁਹਾਨੂੰ ਅੱਗੇ ਅਤੇ ਚਲੋ ਚੱਲਦੇ ਹਾਂ ਪਹਿਲਾਂ ਹੀ ਬਹੁਤ ਲੇਟ ਹੋ ਗਏ ਸ਼ਾਮ ਦੇ 4:30 ਹੋ ਗਏ ਉਹ ਤੋਂ ਬਾਅਦ ਮੈਂ ਚੀਕੇ ਵੀ ਜਾਣਾ ਮੈਨੂੰ ਉੱਥੇ ਕੰਮ ਹੈ ਇੱਕ ਅਤੇ ਦੇਖਦੇ ਹਾਂ ਬਾਈ ਮੈਨੂੰ ਲੱਗਦਾ ਸਾਰੀ ਰਾਤ ਗੱਡੀ 'ਚ ਨਿਕਲੂ ਅੱਜ ਫਿਰ ਅਤੇ ਚਲੋ ਮਿਲਦੇ ਹਾਂ ਬਾਈ ਅੱਗੇ ਲਓ ਜੀ ਆਏ ਬੱਚਾ ਬਹੁਤ ਸੋਹਣਾ ਬੱਚਾ ਅੱਖਾਂ ਬਲਿਊ ਨੇ ਇਹਦੀਆਂ ਅਤੇ ਹੁਣ ਇਹਨੂੰ ਪਿੰਜਰੇ ਦੀ ਆਦਤ ਨਹੀਂ ਹੈਗੀ ਗੱਡੀ 'ਚ ਲੈ ਕੇ ਜਾਣਾ ਫਿਰ ਯਾਰ ਗੱਡੀ ਦੇ ਵਿੱਚ ਤੰਗ ਕਰੂਗਾ ਤਾਂ ਕਰਕੇ ਇਹਨੂੰ ਐਵੇਂ ਲੈ ਚੱਲੇ ਪਿੰਜਰੇ 'ਚ ਪਾ ਕੇ ਨਹੀਂ ਅਦਰਵਾਈਜ਼ ਖੁੱਲ੍ਹਾ ਹੀ ਹੁੰਦਾ ਸੀਗਾ ਇਹ ਚਲੋ ਚੱਲਦੇ ਹਾਂ ਬਾਈ ਪਹਿਲਾਂ ਹੀ ਬਹੁਤ ਟਾਈਮ ਹੋ ਗਿਆ ਲਓ ਜੀ ਫਤਿਹਗੜ੍ਹ ਸਾਹਿਬ ਸਰਹੰਦ ਪਹੁੰਚ ਗਏ ਹਾਂ ਅਤੇ ਹਲੇ ਆਪਣੀ ਜਰਨੀ ਦੀ ਸਟਾਰਟਅਪ ਹੋ ਚੁੱਕਿਆ ਅਤੇ ਚੱਲਦੇ ਹਾਂ ਪਹਿਲਾਂ ਹੀ ਲੇਟ ਬਹੁਤ ਹੋ ਗਏ 5:15 ਹੋ ਗਏ ਲੱਗਦਾ 8:30-8:30 ਵਜੇ ਕੈਥਲ ਪਹੁੰਚਾਂਗੇ ਅਤੇ ਗਾਂ ਤਾਂ ਬਾਹਲਾ ਲੇਟ ਹੋ ਜਾਣਾ ਸਿਸਟਮ ਫਿਰ ਦੇਖੋ ਚਲੋ ਕੋਈ ਗੱਲ ਇਹ ਬਾਈ ਤੁਹਾਡੇ ਨਾਲ ਵੀ ਹੁੰਦਾ ਸਾਰਿਆਂ ਨਾਲ ਘਰੋਂ ਨਿਕਲੋ ਚਾਹੇ ਘਰੋਂ ਜਿੰਨਾ ਮਰਜ਼ੀ ਖਾ ਕੇ ਨਿਕਲੋ ਬਾਹਰ ਆ ਕੇ ਜਦੇ ਭੁੱਖ ਲੱਗਿਆ ਹੁੰਦੀ ਆ ਆਹ ਹਲੇ ਪਿੰਡੋਂ ਹਲੇ 1/2 ਘੰਟਾ ਹੋਇਆ ਨਹੀਂ ਤੁਰਿਆਂ ਨੂੰ ਸਰਹੰਦ ਆ ਕੇ ਇੱਥੇ ਰਾਜਪੁਰੇ ਕੋਲ ਫੇਰ ਖੜ ਕੇ ਬੜਾ ਉਹ ਹੁੰਦਾ ਮੈਨੂੰ ਤਾਂ ਹਮੇਸ਼ਾ ਹੀ ਹੁੰਦਾ ਘਰੋਂ ਜਿੰਨਾ ਮਰਜ਼ੀ ਰੱਜ ਕੇ ਆ ਜਾਣਾ ਬਾਹਰ ਆ ਕੇ ਫੇਰ ਭੁੱਖ ਲੱਗਿਆ ਹੁੰਦੀ ਇੱਕ ਬੰਦੇ ਨੂੰ KFC ਵਧੀਆ ਲੱਗਦਾ ਹੁਣ ਇੱਕ ਬੰਦੇ ਨੂੰ ਮੈਕੜੀ ਵਧੀਆ ਲੱਗਦਾ ਇੱਕ ਨੋਨ ਵੈਜੀਟੇਰੀਅਨ ਇੱਕ ਵੈਜੀਟੇਰੀਅਨ ਲਓ ਜੀ ਕੈਥਲ ਉਹੀ 40-45 ਮਿੰਟ ਦਾ ਰਾਹ ਰਹਿ ਗਿਆ ਨੀਂਦ ਬਹੁਤ ਆ ਰਹੀ ਹੈ ਕਿਉਂਕਿ ਸਾਰੀ ਰਾਤ ਕੱਲ੍ਹ ਦੀ ਵੀ ਨਹੀਂ ਮੈਂ ਸੁੱਤਾ ਛੋਟੇ ਭਰਾ ਦਾ ਬਰਥਡੇ ਸੀਗਾ ਯਾਰ ਦੋਸਤ ਦਾ ਆਪਣੇ ਦਾ ਅਤੇ ਚੰਡੀਗੜ੍ਹ ਸੀਗੇ ਸਵੇਰਿਓ ਮੈਂ 12 ਵਜੇ ਘਰ ਆਇਆ ਵੀ ਯਾਨੀ ਕਿ ਅੱਜ ਦੁਪਹਿਰੇ 12 ਵਜੇ ਕੱਲ੍ਹ ਦਾ ਗਿਆ ਹੋਇਆ ਅਤੇ ਹੁਣ ਫਿਰ ਅੱਜ ਦੀ ਰਾਤ ਸਾਰੀ ਨਿਕਲਣੀ ਆ ਰੋਡ 'ਤੇ ਹੀ ਨੀਂਦ ਇੰਨੀ ਕੁ ਆ ਰਹੀ ਆ ਰੈੱਡ ਬੁੱਲ ਪੀਣ ਦਾ ਜੀ ਨਹੀਂ ਕਰਦਾ ਮਸਾਂ ਮਸਾਂ ਮਨ ਮਾਰ ਕੇ ਜਿੰਮ ਸ਼ੁਰੂ ਕੀਤੀ ਆ ਨਾਲ ਦਾ ਮੁੰਡਾ ਕਹਿੰਦਾ ਉਹ 'ਚ ਵੀ ਸ਼ੂਗਰ ਹੁੰਦਾ ਕੀ ਕਰੀਏ ਪਰ ਮੈਂ ਇੱਕ ਗੱਲ ਦੇਖਦਾ ਹੁੰਦਾ ਵੀਡੀਓ ਵੂਡੀਓ 'ਚ ਲੋਕਾਂ ਦੇ ਵੀ ਲੋਕ ਤਾਂ ਇਹ ਰੈੱਡ ਬੁੱਲਾਂ ਪੀ ਪੀ ਕੇ ਜਿੰਮ ਲਾਉਂਦੇ ਹੁੰਦੇ ਆ ਬਾਕੀ ਪਤਾ ਵੀ ਨਹੀਂ ਬਾਈ ਜੇ ਕਿਸੇ ਨੂੰ ਪਤਾ ਤਾਂ ਕਮੈਂਟਾਂ 'ਚ ਉਹ ਗੱਲ ਵੀ ਜ਼ਰੂਰ ਦੱਸਿਓ ਲਓ ਜੀ ਪਹੁੰਚ ਗਏ ਸੀਗੇ ਕੈਥਲ ਵਾਲੀ ਜਗ੍ਹਾ ਤਾਂ ਬਾਈ ਨਾਲ ਹੁਣੇ ਵੀਡੀਓ ਕਾਲ ਕੀਤੀ ਆ ਉਹਨਾਂ ਨੇ ਦੱਸਿਆ ਵੀ ਆਹ ਘਰ ਉਹਨਾਂ ਦਾ ਹੀ ਆ ਅਤੇ ਜਿਵੇਂ ਬਾਈ ਤਾਂ ਕੈਨੇਡਾ ਬੈਠੇ ਨੇ ਆਪ ਤਾਂ ਬੰਦਾ ਯਾਰ ਬਹੁਤ ਚੰਗਾ ਬਹੁਤ ਪੇਸ਼ੈਂਸ ਵਾਲਾ ਬੰਦਾ ਬਾਈ ਅੱਜ 25 ਦਿਨ ਪਹਿਲਾਂ ਪੈਸੇ ਆ ਗਏ ਸੀ ਬੰਦੇ ਦੇ ਅਤੇ 1 ਦਿਨ ਨਹੀਂ ਫੋਨ ਕੀਤਾ 25 ਦਿਨਾਂ 'ਚ ਅੱਜ ਵੀ ਮੈਂ ਆਪ ਕੀਤਾ ਫੋਨ ਮੈਂ ਵੀਰੇ ਕਿੱਦਾਂ ਡਿਲੀਵਰ ਕਰੀਏ ਕਹਿੰਦਾ ਵੀਰੇ ਮੈਨੂੰ ਤਾਂ ਐਂ ਸੀਗਾ ਵੀ ਪਾਣੀ ਪੂਣੀ ਆਇਆ ਹੋਇਆ ਵੀ ਤੁਹਾਨੂੰ ਔਖਾ ਨਾ ਹੋਵੇ ਇਹਨਾਂ ਕੰਨੀ ਤਾਂ ਪਾਣੀ ਵੀ ਨਹੀਂ ਸੀ ਆਇਆ ਹੋਇਆ ਅਤੇ ਚਲੋ ਦੇਖਦੇ ਹਾਂ ਹੁਣ ਗਾਹਾਂ ਵੀਰੇ ਇਹਨਾਂ ਦਾ ਘਰ ਦਾ ਜੀ ਐਡ ਕਰ ਦਈਏ ਠੀਕ ਆ ਵੀਰੇ ਅੰਦਰ ਕਰ ਦਿਓ ਫੋਨ ਉਹਨਾਂ ਨੂੰ ਪਪੀ ਲਈ ਖੜੇ ਸੀਗੇ ਇੱਥੇ ਗੇਟਾਂ ਮੂਹਰੇ ਤੁਹਾਨੂੰ ਪਤਾ ਨਹੀਂ ਸੀ ਵੀ ਪਪੀ ਨੇ ਆਉਣਾ ਜੀ ਨਹੀਂ ਅੱਜ ਤੋਂ ਨਹੀਂ ਥਾ ਅੱਛਾ ਜੀ ਪਹਿਲਾਂ ਉੱਥੇ ਪਾਣੀ ਕਰਕੇ ਨਹੀਂ ਸੀ ਆਉਂਦਾ ਜੀ ਮੈਨੂੰ ਐਂ ਸੀਗਾ ਨਾ ਜੀ ਪਾਣੀ ਇੱਧਰ ਪਾਉਂ ਇਹਦੀ ਸ਼ਕਲ ਜੀ ਉਹ ਭੋਲੀ ਆ ਹਰਾਮੀ ਬਹੁਤ ਹੈ ਮੈਂ ਤਾਂ ਹਿਸਾਬ ਲਾ ਲਿਆ ਨਾ ਮਾਤਾ ਆ ਦੇਖੀ ਇਹ ਦੇਖੀ ਇਹ ਦੇਖਿਓ ਹੁਣ ਇਹ ਅਗਰੈਸਿਵ ਕਿੰਨਾ ਇਹ ਅਗਰੈਸਿਵ ਤਾਂ ਨਹੀਂ ਉਹ ਉੱਪਰਾ ਜਿਹਾ ਕਰਦਾ ਸਾਡਾ ਲੈ 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 ਇਹ ਬੈੱਡ ਦਾ ਬੈੱਡਾਂ ਦਾ ਸ਼ੌਕੀਨ ਆ ਲੈ ਜੀ ਲੈ ਅਗੜਾਈਆਂ ਲੈ ਲਈਆਂ ਯਾਰ ਸੋਹਣਾ ਬਹੁਤ ਆ ਨਾ ਸੋਹਣਾ ਆਪਾਂ ਆਪਣੀ ਨਜ਼ਰੀ ਨਾਲ ਲਾਓ ਜੀ ਇਹਨੂੰ ਥੋੜ੍ਹਾ ਜਿਹਾ ਉਹਨਾਂ ਨੇ ਬੈੱਡਾਂ ਬੁੱਡਾਂ 'ਤੇ ਗਜਾਇਆ ਹੋਇਆ ਸੀਗਾ ਰੱਖਣਾ ਆਪਣੇ ਨਾਲ ਹੀ ਉਹਦਾ ਚੱਬੀਰਾ ਬਾਹਰ ਆ ਨਾ ਜੀ ਅਤੇ ਉਹਨਾਂ ਨੇ ਨਾਲ ਹੀ ਰੱਖਿਆ ਹੋਇਆ ਸੀਗਾ ਉਹਨੂੰ ਤਾਂ ਸਾਊ ਆ ਵਿਚਾਰਾ ਪਹਿਲਾਂ ਇਕੱਲੇ ਸੀਗੇ ਹੁਣ ਥੋੜ੍ਹਾ ਜਿਹਾ ਲਵਾ ਦੂਗਾ ਪੁਰਾਣਾ ਜੀ
ਔਖਾ ਤਾਂ ਲੱਗਦਾ ਹੋਣਾ ਨਾ ਜੀ ਜਿਵੇਂ ਵੀਰਾ ਬਾਹਰ ਹੈ ਇਕੱਲੇ ਰਹਿਣਾ ਜੀ ਪਹਿਲਾਂ ਕੁੜੀ ਕੀ ਰੱਖੀ ਹੋਈ ਸੀ ਜੀ ਅੱਛਾ ਜੀ ਕੁੜੀ ਕੀ ਕੁੜੀ ਸੀ ਹਾਂਜੀ ਹੁਣ ਲੈ ਕੇ ਮੈਂ ਅੱਛਾ ਠੀਕ ਹੈ ਜੀ ਮੈਨੂੰ ਵੀਰੇ ਇੱਕ ਦਿਨ ਕਹਿੰਦੇ ਵੀ ਸੀਗੇ ਜੇ ਕਹਿੰਦੇ ਸੀ ਵੀਰੇ ਕੁੱਤਾ ਕਿੱਦਣ ਦੇਣ ਜਾਣਾ ਵੀ ਘਰ ਦੇ ਪੁੱਛਦੇ ਨੇ ਤੇ ਮੈਂ ਕਿਹਾ ਕੋਈ ਨਹੀਂ ਬਾਈ ਦੇ ਆਉਣਾ ਕਹਿੰਦਾ ਯਾਰ ਉਹ ਇਕੱਲੇ ਨੇ ਕਹਿੰਦਾ ਉਹਨਾਂ ਦਾ ਜੀ ਲੱਗ ਜਾਊਗਾ ਹਾਂਜੀ ਇੱਥੋਂ ਚੱਲੇ ਹਾਂ ਆਪਾਂ ਅਤੇ ਪਪੀ ਡਿਲੀਵਰ ਕਰਤਾ ਬਹੁਤੀ ਵਲੋਗਿੰਗ ਮੈਂ ਤਾਂ ਨਹੀਂ ਕੀਤੀ ਕਿਉਂਕਿ ਇਕੱਲੇ ਆਂਟੀ ਉਹ ਸੀਗੇ ਘਰ ਐਵੇਂ ਚੰਗਾ ਨਹੀਂ ਲੱਗਦਾ ਅਤੇ ਹੁਣ ਆਪਾਂ ਚੱਲੇ ਹਾਂ ਬਈ ਰਸੀਦਾ ਬਹੁਤ ਜਾਣੇ ਜਾਣਦੇ ਵੀ ਹੋਣਗੇ ਕਿਉਂਕਿ ਜਿਹਨਾਂ ਕੋਲ ਚੱਲੇ ਹਾਂ ਉਹ ਮਨੂ ਸ਼ਰਮਾ ਵਰਗੇ ਵੀਰੇ ਉਹਨਾਂ ਦੇ ਮਨੂ ਸਿੱਖ ਵੀਰੇ ਉਹਨਾਂ ਦੇ ਬੈਸਟ ਫਰੈਂਡ ਨੇ ਰਸੀਦਾ ਫਾਰਮ ਅਤੇ ਹੁਣ ਉੱਥੇ ਨੂੰ ਚੱਲੇ ਹਾਂ ਅਤੇ ਉਹਨਾਂ ਕੋਲੋਂ ਇੱਕ ਬਹੁਤ ਘੈਂਟ ਜਿਹਾ ਤੋਹਫਾ ਲੈ ਕੇ ਆਉਣਾ ਤੁਹਾਨੂੰ ਦਿਖਾਉਂਦੇ ਹਾਂ ਫਿਰ ਬਾਈ ਜੀ ਇੱਥੇ ਪਹੁੰਚ ਗਈ ਸੀ ਸਾਰੀ ਰੋਡ ਟੁੱਟੀਆਂ ਪਈਆਂ ਨੇ ਅੱਗੇ ਜਾ ਕੇ ਤਾਂ ਇਹ ਰੋਡ ਹੀ ਖਤਮ ਹੋ ਜਾਂਦੀ ਹੈ ਮੈਂ ਗੱਡੀ ਬੈਕ ਕਰ ਲਿਆ ਉੱਥੇ ਮੇਰੇ ਤੋਂ ਵਲੋਗ ਭੁੱਲੇ ਗਿਆ ਸੀ ਮੈਂ ਅਤੇ ਰੋਡ ਇੰਨਾ ਸੁਣਨਾ ਇਹ ਕਿ ਤੁਸੀਂ ਪੁੱਛੋ ਨਾ ਨਾ ਕੋਈ ਇੱਥੇ ਹੈਲਪ ਕਰਨ ਨਾ ਕੁਛ ਆ ਇੱਕੋ ਲੱਤ ਪਾਣੀ ਸੀਗਾ ਉੱਥੇ ਆਇਆ ਸਾਨੂੰ ਪਤਾ ਨਹੀਂ ਸੀਗਾ ਹੈ ਨਾ ਅਤੇ ਕੁਛ ਨਹੀਂ ਹੈਗਾ ਅੱਗੇ ਕੋਈ ਰੋਡ ਨਹੀਂ ਹੈਗਾ ਬਾਈ ਬਸ ਇੱਥੇ ਤੱਕ ਆ ਉਹ ਖੰਭਾ ਹੈ ਨਾ ਸ਼ਾਇਦ ਇਹ ਵੀਡੀਓ 'ਚ ਦੀਂਦਾ ਨਹੀਂ ਉਹ ਦੇਖੋ ਉਹ ਖੰਭੇ ਤੱਕ ਹੀ ਰੋਡ ਆ ਉਹ ਤੋਂ ਬਾਅਦ ਕੁਛ ਨਹੀਂ ਹੈਗਾ ਬਾਈ ਸਾਰੇ ਖੁੱਲ੍ਹਾ ਮੈਦਾਨ ਆ ਜਾਂਦਾ ਰੋਡ ਗੈਬ ਜਮਾਂ ਹੀ ਆਹ ਦੇਖੋ ਵੀਰੇ ਇੱਧਰਲੀ ਸਾਈਡ ਸਾਰਾ ਰੋਡ ਆ ਇੱਥੇ ਤਾਂ ਚੱਲ ਰੋਡ ਤਾਂ ਹੈਗਾ ਘੱਟੋ ਘੱਟ ਇੱਕ ਸਾਈਡ ਤੋਂ ਕਰਕੇ ਬੰਦਾ ਗੱਡੀ ਕੱਢ ਲੂਗਾ ਪਰ ਉੱਥੇ ਤਾਂ ਜਮਾਂ ਹੀ ਨਹੀਂ ਹੈਗਾ ਬਵਨ ਦਿਖਾਈ ਮਾੜਾ ਇੱਥੇ ਦੇਖਿਓ ਹੁਣ ਜਮਾਂ ਹੀ ਪਾਣੀ ਨਹੀਂ ਹੈਗਾ ਵੀ ਯਾਨੀ ਇੱਕ ਪਾਸੇ ਰੋਡ ਦੀ ਥੱਲੋਂ ਵੀ ਖਾਰਾਂ ਖਾਧੀਆਂ ਹੋਈਆਂ ਰੋਡ ਨੇ ਵੀ ਯਾਨੀ ਕਿ ਇੰਨਾ ਰਿਸਕੀ ਆ ਕੰਮ ਪਾਣੀ ਉਹ ਪਾਣੀ ਆ ਬਾਈ ਮੈਂ ਕਹਿੰਦਾ ਪੰਜਾਬ ਨਾਲੋਂ ਵੱਧ ਮਾਰ ਹਰਿਆਣੇ 'ਚ ਹਰਿਆਣੇ 'ਚ ਬਾਹਲੀ ਮਾਰ ਆਪਣੇ ਨਾਲੋਂ ਕਿਉਂਕਿ ਅਸੀਂ ਪਿੱਛੇ ਵੀ ਦੇਖਦੇ ਆਉਂਦੇ ਸੀਗੇ ਪੰਜਾਬ ਦੇ ਵਿੱਚ ਜੇ ਫਸਲ ਦੁਬਾਰਾ ਹੋ ਗਈ ਆ ਬਟ ਇੱਥੇ ਤਾਂ ਬਾਈ ਜਮਾਂ ਹੀ ਪਾਣੀ ਉਹ ਪਾਣੀ ਹੋਇਆ ਪਿਆ ਚੱਲ ਬਵਨੇ ਲੋਕੇਸ਼ਨ ਲਾਈ ਦੇਖੀ ਮਾੜਾ ਛੱਡ ਦੇ ਬਈ ਅੱਗੇ ਤਾਂ ਮੈਨੂੰ ਲੱਗਦਾ ਬੰਨ ਬੁੰਨ ਲਾਉਣ ਲੱਗ ਗਏ ਸਾਰੇ ਬੰਦੇ ਇੱਥੇ ਟਰੈਕਟਰਾਂ 'ਤੇ ਫਿਰ ਰਹੇ ਹਾਂ ਇੱਥੇ ਸਵਿਫਟ ਲਈ ਫਿਰਦੇ ਹਾਂ ਹੈਗਾ ਤਾਂ ਕੰਮ ਰਿਸਕੀ ਹੈ ਗਲਤ ਆ ਬਹੁਤ ਬੜੀ ਸਾਡੀ ਅਤੇ ਗੱਡੀ ਬੈਕ ਹੀ ਕਰ ਲੈਂਦੇ ਹਾਂ ਬਵਨੇ ਮੇਨ ਹਾਈਵੇ ਨੂੰ ਚੱਲ ਬਾਈ 30-40 ਕਿਲੋਮੀਟਰ ਵੱਧ ਲੱਗ ਜਾਣਗੇ ਨੋ ਇਸ਼ੂਜ ਬਟ ਬਾਈ ਨੂੰ ਪੁੱਛਿਆ ਹਾਂ ਪੁੱਛ ਗਿਆ ਹਾਂਜੀ ਹੁਣ ਇੱਥੇ ਅਸੀਂ ਪਹੁੰਚ ਗਏ ਸੀਗੇ ਹਰਿਆਣੇ ਦੇ ਵਿੱਚ ਕਿਉਂਕਿ ਜਿਹੜੀ ਆਪਣੇ ਕੋਲ ਕੁੱਤੀ ਮਨੂ ਬਾਈ ਉਹਨਾਂ ਕੋਲ ਹੁੰਦੀ ਸੀਗੀ ਉਹਦੀ ਗ੍ਰੈਂਡ ਇਹਨਾਂ ਕੋਲ ਮੈਨੂੰ ਲੱਗਦਾ ਧੀ ਸੀਗੀ ਅਤੇ ਆਪਾਂ ਉਹਦਾ ਬੱਚਾ ਲੈਣ ਆਏ ਸੀਗੇ ਇਹਨਾਂ ਤੋਂ ਬਹੁਤ ਕੇਅਰ ਕਰਦੇ ਨੇ ਵੀਰ ਉਹਨਾਂ ਦੀ ਕੇਅਰ ਬਹੁਤ ਜ਼ਿਆਦਾ ਸੀਗੇ ਹਾਲਾਂਕਿ ਮੈਨੂੰ ਆਪ ਨੂੰ ਡਰ ਲੱਗਦਾ ਸੀ ਕਿਉਂਕਿ ਇੰਨੇ ਕੁ ਜ਼ਿਆਦਾ ਵੀ ਯਾਨੀ ਕਿ ਗਾਰਡ ਕਰ ਰਹੇ ਸੀਗੇ ਆਪਣੇ ਘਰ ਨੂੰ ਸਾਰੇ ਨੂੰ ਹੈ ਨਾ ਉਰੇ ਤਾਂ ਇਹ ਚੁੱਪ ਤਾਂ ਖੜ੍ਹੇ ਨੇ ਕਿਉਂਕਿ ਬਾਈ ਜੀ ਉਹਨੇ ਮੇਰੇ ਨਾਲ ਖੜ੍ਹੇ ਨੇ ਹੈ ਨਾ ਬਾਈ ਉਹਨੇ ਮਾੜਾ ਜਿਹਾ ਪਰੇ ਗਏ ਨੇ ਇਹਨਾਂ ਨੇ ਅਸਲੀ ਰੂਪ ਦਿਖਾਤਾ ਆਪਣਾ ਆ ਪਿੰਜਰੇ ਦੇ ਉੱਪਰ ਦੀ ਛਾਲ ਵੱਜ ਜਾਣੀ ਸੀਗੀ ਜੇ ਬਾਈ ਉਹਨੇ ਨਾ ਵਾਪਸ ਮੁੜ ਕੇ ਆਉਂਦੇ ਅਤੇ ਆਹ ਚੋਬਰ ਆਪਾਂ ਲਿੱਤਾ ਆ ਬਹੁਤ ਸੋਹਣੀ ਬਰੀਡ ਆ ਬਹੁਤ ਸਮਝਦਾਰ ਬਰੀਡ ਆ ਠੀਕ ਹੈ ਜੀ ਅਤੇ ਇੱਥੇ ਆ ਨਾ ਇੱਕ ਫਰੈਂਚ ਬੁਲਡੋਗ ਪਿਆ ਸੀਗਾ ਪਿਆ ਨਹੀਂ ਵੀ ਯਾਨੀ ਕਿ ਇਹਨਾਂ ਦਾ ਰੱਖਿਆ ਹੋਇਆ ਉਹ ਪਿੰਜਰੇ ਦੇ ਵਿੱਚ ਸੋਰੀ ਮੈਂ ਦਿਖਾ ਨਹੀਂ ਸਕਿਆ 10 ਸਾਲ ਏਜ ਹੋ ਗਈ ਉਹਦੀ ਅਤੇ ਇੰਨਾ ਕੁ ਫਿੱਟ ਸੀਗਾ ਕੋਈ ਨਹੀਂ ਕਹਿ ਸਕਦਾ ਵੀ ਉਹ 10 ਸਾਲ ਦਾ ਅਤੇ ਉਹਦਾ ਕਲਰ ਮੈਂ ਕਿਉਂਕਿ ਜਦੋਂ ਬੈਠਾ ਸੀਗਾ ਇੱਥੇ ਬਾਈ ਨਾਲ ਗੱਲਾਂ ਬਾਤਾਂ ਮਾਰਦਾ ਸੀਗਾ ਤਾਂ ਮੈਂ ਉਹਨਾਂ ਨੂੰ ਕਿਹਾ ਮੈਂ ਬਾਈ ਫਰੈਂਚ ਬੁਲਡੋਗ ਵੀ ਰੱਖਿਆ ਹੋਇਆ ਸੋਹਣਾ ਬਹੁਤ ਆ ਨਾ ਅਤੇ ਕਹਿੰਦੇ ਹਾਂਜੀ ਹਾਂਜੀ ਬਾਈ ਕਹਿੰਦੇ ਵੀ ਬਾਈ 10 ਪਤਾ ਨਹੀਂ 10.5 ਸਾਲ ਦਾ ਹੋ ਗਿਆ ਵੀ ਜਦੋਂ ਮੇਰੀ ਬੇਟੀ ਛੋਟੀ ਜਿਹੀ ਹੁੰਦੀ ਸੀ ਮੈਂ ਉਦੋਂ ਲੈ ਕੇ ਆਇਆ ਸੀਗਾ ਅਤੇ ਕਹਿੰਦੇ ਮੇਰੀ ਬੇਟੀ ਹੁਣ 12 ਸਾਲ ਦੀ ਹੋ ਗਈ ਆ ਤਾਂ ਕਹਿੰਦੇ ਵੀ ਇਹਦੀ ਏਜ 10.5 ਸਾਲ ਦੀ ਹੋ ਗਈ ਅਤੇ ਮੈਂ ਏਜ ਸੁਣ ਕੇ ਜਮ੍ਹਾਂ ਹੀ ਹੈਰਾਨ ਸੀਗਾ ਵੀ ਇੰਨੀ ਏਜ ਦੇ ਕੁੱਤੇ ਵੀ ਇੰਨੇ ਕੁ ਐਕਟਿਵ ਵੀ ਯਾਨੀ ਕਿ ਤੁਸੀਂ ਉਹਨੂੰ ਜੱਜ ਹੀ ਨਹੀਂ ਕਰ ਸਕਦੇ ਸੀਗੇ ਮੈਂ ਸੋਰੀ ਫੀਲ ਕਰਦਾ ਅੱਗੇ ਕਦੇ ਵੀ ਮੇਰਾ ਇਹ ਫਾਰਮ 'ਤੇ ਗੇੜਾ ਲੱਗੂਗਾ ਤਾਂ ਮੈਂ ਜ਼ਰੂਰ ਦਿਖਾਊਂਗਾ ਤੁਹਾਨੂੰ ਉਹ ਅਤੇ ਇੱਥੇ ਆਪਾਂ ਗੱਲਾਂ ਬਾਤਾਂ ਮਾਰ ਰਹੇ ਸੀਗੇ ਘੋੜਿਆਂ ਦੀਆਂ ਕੁੱਤਿਆਂ ਦੀਆਂ ਡਿਫਰੈਂਟ ਬਰੀਡਸ ਦੀਆਂ ਵੀ ਜਿਹੜੇ ਇੰਪੋਰਟ ਐਕਸਪੋਰਟ ਕਰ ਰਹੇ ਨੇ ਲੋਕ ਹੈ ਨਾ ਵੀ ਕਿਹਦੀ ਕਿੱਦਾਂ ਕੁਆਲਿਟੀ ਆ ਕਿਹੜੇ ਜਾਨਵਰ ਜ਼ਿਆਦਾ ਚੰਗਾ ਮਾੜਾ ਹੈ ਨਾ ਸਾਰੇ ਅਸੀਂ ਗੱਲਾਂ ਬਾਤਾਂ ਮਾਰਦੇ ਸੀਗੇ ਕੁੱਤਿਆਂ ਦੀ ਡਾਇਟ ਰਿਲੇਟਡ ਗੱਲਾਂ ਬਾਤਾਂ ਮਾਰ ਰਹੇ ਸੀਗੇ ਉਹ ਚੋਬਰ ਆਪਣਾ ਖੇਡਣ ਲੱਗਿਆ ਹੋਇਆ ਸੀਗਾ ਦੂਜੇ ਫਰੈਂਚ ਬੁਲਡੋਗ ਨੂੰ ਛੇੜੀ ਜਾਂਦਾ ਸੀ ਪਿੰਜਰੇ 'ਚ ਆ ਜਾ ਕੇ ਅਤੇ ਇੱਥੇ ਮੈਂ ਬਾਈ ਨਾਲ ਗੱਲਾਂ ਬਾਤਾਂ ਮਾਰਦੇ 12:30 ਵੱਜੇ ਹੋਏ ਸੀ ਰਾਤ ਦੇ ਅਤੇ ਅਸੀਂ ਵੀ ਕੌਫੀ ਕੂਫੀ ਪੀ ਰਹੇ ਸੀਗੇ ਇੱਥੇ ਲਓ ਜੀ
ਆਪਣਾ ਸਪੈਸ਼ਲ ਗੈਸਟ ਆ ਗਿਆ ਆ। ਇਹ ਗੈਸਟ ਰਹੂਗਾ ਤਾਂ ਮੋਹਾਲੀ ਆਪਣੇ ਮਨੂ ਬਾਈ ਕੋਲੀ। ਤੇ ਇਹਦੀ ਵੇਟ ਬਾਈ ਅਸੀਂ ਘੱਟੋ ਘੱਟ 2 ਸਾਲ ਕੀਤੀ ਆ ਬਰੀਡ ਦੀ, ਪੰਜਾਬ ਦਾ ਪਹਿਲਾਂ ਹੋਣ ਵਾਲਾ ਇਹ। ਇਹਦੀ ਏਜ ਗੈਸ ਕਰੋ ਤੁਸੀਂ ਵੀ, ਏਜ ਕਿੰਨੀ ਹੋਊਗੀ ਬਾਈ? ਤੁਹਾਨੂੰ ਸੱਚੀ ਗੱਲ ਦੱਸਾਂ, ਹਲੇ 3 ਮਹੀਨੇ ਦਾ ਵੀ ਪੂਰਾ ਹੋਇਆ ਨਹੀਂ। ਤੇ ਲਿਟਰਲੀ ਅਸੀਂ 2 ਸਾਲ ਤੋਂ ਇਹਦੀ ਭਾਲ ਕਰ ਰਹੇ ਸੀਗੇ। ਹੁਣ ਇੱਥੋਂ ਲੈ ਕੇ ਗਏ ਹਾਂ ਨਾ, ਇਹਦੇ ਮਦਰ ਫਾਦਰ ਦੋਨੋਂ ਡਾਇਰੈਕਟ ਚਾਈਨਾ ਤੋਂ ਇੰਪੋਰਟ ਆ। ਤੇ ਜਦੋਂ ਇਹਨਾਂ ਦੇ ਮਦਰ ਫਾਦਰ ਚਾਈਨਾ ਸੀ, ਉਦੋਂ ਤੋਂ ਡੀਲ ਹੋ ਗਈ ਸੀ ਇਹ ਬੰਦਿਆਂ ਨਾਲ। ਤੇ ਯਾਨੀ ਕਿ 2 ਸਾਲ ਦੇ ਵੇਟਿੰਗ ਪੀਰੀਅਡ 'ਤੇ ਆਪਾਂ ਹਾਂ ਬੱਚਾ ਲਿੱਤਾ। ਅਤੇ ਸਿਰਾ ਹੋਣੇ ਵਾਲਾ ਵੀ, ਯਾਨੀ ਕਿ ਇੱਕ ਪੰਜਾਬ ਨੂੰ ਨਵੀਂ ਬਰੀਡ ਆਪਾਂ ਇੰਟਰੋਡਿਊਸ ਕਰਨ ਲੱਗੇ ਹਾਂ। ਪੰਜਾਬ ਦੇ ਵਿੱਚ ਮੈਨੂੰ ਨਹੀਂ ਲੱਗਦਾ, ਮੈਂ ਕਦੇ ਨਹੀਂ ਦੇਖਿਆ ਆਪਣੇ ਕਰੀਅਰ ਦੇ ਵਿੱਚ ਇਹ ਬਰੀਡ ਪੰਜਾਬ ਦੇ ਵਿੱਚ। ਹੋ ਸਕਦਾ ਕਿਸੇ ਕੋਲ ਹੋਵੇ ਪਰ ਆਪਾਂ ਨੂੰ ਪਤਾ ਨਾ ਹੋਵੇ, ਪਰ ਮੈਂ ਕਦੇ ਨਹੀਂ ਦੇਖੀ। ਵੀ ਡੋਗ ਸ਼ੋਅਸ 'ਤੇ ਦੇਖੀ, ਉਹ ਵੀ ਦਿੱਲੀ ਦੇਖਿਆ, ਅਤੇ ਉਹ ਵੀ ਸਾਊਥ ਦੇ ਬੰਦੇ ਸੀਗੇ ਜਿਨ੍ਹਾਂ ਦਾ ਸੀਗਾ ਉੱਥੇ। ਪਰ ਸਵਾਦ ਆ ਗਿਆ ਬਾਈ ਅੱਜ, ਅੱਜ ਮਨ ਖੁਸ਼ ਹੋ ਗਿਆ। ਰਾਤ ਦੇ 12 ਵਜੇ ਅਤੇ ਅਸੀਂ ਇਹਨੂੰ ਲੈਣ ਆਏ ਸੀਗੇ ਹਰਿਆਣੇ 'ਚੋਂ। ਅਤੇ ਕੱਲ੍ਹ ਨੂੰ ਦੇਖਦੇ ਇਹਨੂੰ ਫਾਰਮ 'ਤੇ, ਘੋੜੀਆਂ ਦੀ ਰਾਖੀ ਕਰੂਗਾ। ਬਸ ਇਹ ਪਤੰਦਰ ਊਨ ਆ ਉਹਨਾਂ ਦੇ, ਹੋਰ ਜਾਨਵਰ ਖਾ ਜਾਵੇ, ਹੋਰ ਕੋਈ ਚੱਕਰ ਨਹੀਂ। ਚੜੇ ਹਾਲਾਤ ਇਹਦੇ ਘਰਦਿਆਂ ਦੇ ਦੇਖ ਕੇ ਆਇਆ ਮੈਂ। ਅਤੇ ਕੋਈ ਨਹੀਂ, ਇਹਨੂੰ ਸਵੇਰੀਓਂ ਦਿਖਾਉਂਦੇ ਹਾਂ ਤੁਹਾਨੂੰ। ਬਾਈ ਇੰਨਾ ਮਾੜਾ ਇਹ, ਇਹ ਇੱਥੇ ਆ ਕੇ ਦੁਬਾਰਾ ਬੈਠੀ ਜਾਂਦਾ ਅਤੇ ਇਹਦੇ ਮੂੰਹ 'ਚੋਂ ਲਾਰਾਂ ਗਿਰ ਰਹੀਆਂ ਬਹੁਤ ਜ਼ਿਆਦਾ। ਕਿਉਂਕਿ ਹਰੇਕ ਬੱਚੇ ਨੂੰ ਹੈ ਨਾ, ਚੜੇ ਯਾਨੀ ਕਿ ਐਡੀ ਏਜ ਦੇ ਵਿੱਚ ਹੋ ਜਾਂਦੇ ਆ, ਉਹਨਾਂ ਨੂੰ ਘਬਰਾਹਟ ਹੋਣ ਲੱਗ ਜਾਂਦੀ ਆ। ਚੜੇ ਨਹੀਂ ਕਦੇ ਜਿਵੇਂ 3-4 ਤੋਂ ਲੈ ਕੇ 6-7 ਮਹੀਨੇ ਤੱਕ ਜਾਨਵਰ ਯੂਜਲੀ ਘਰ ਇਹ ਦਿੰਦਾ ਇਹਨੇ ਬਾਈ। ਆਹ ਸਾਰੀ ਇੱਧਰੋਂ ਤਾਂ ਵੀਰੇ ਜਿਵੇਂ ਐਂ ਲੱਗਦਾ ਜਿਵੇਂ ਨਹਾਤੇ ਪਏ ਹੁੰਦੇ ਆ, ਇੱਧਰ ਇੱਕ ਬੰਦਾ ਕੱਪੜਾ ਮਾਰਦੇ ਰੱਖਿਆ ਹੋਇਆ ਬਹੁਤ। ਯਾਨੀ ਕਿ ਉਹ ਐਕਸਾਈਟਮੈਂਟ ਵੀ ਆ ਅਤੇ ਐਂ ਨਾ ਉਹਦੀ ਥੋੜ੍ਹੀ ਟੈਨਸ਼ਨ ਆ ਯਾਰ ਵੀ ਸਫ਼ਰ ਸਾਡਾ ਬਹੁਤ ਜ਼ਿਆਦਾ ਹਲੇ ਵੀ, ਹਲੇ ਵੀ 4 ਘੰਟਿਆਂ ਦਾ ਸਫ਼ਰ ਪਿਆ, 1 ਘੰਟੇ ਦਾ ਸਫ਼ਰ ਤਹਿ ਕੀਤਾ ਹਲੇ। 1 ਵਜੇ ਨੇ ਮਤਲਬ ਤਾਂ 12 ਵਜੇ ਅਸੀਂ ਉੱਥੋਂ ਤੁਰ ਪਏ ਸੀਗੇ। ਅਤੇ ਇਹਨੇ ਫਿਰ ਆ ਜਾਣਾ, ਨਹੀਂ ਟੈਕ ਹੁੰਦਾ ਇਹਦੇ, 2 ਮਿੰਟ ਬਾਅਦ ਇਹਨੇ ਆਉਣਾ ਹੀ ਆਉਣਾ ਹੁੰਦਾ ਬਾਈ। ਇੱਕੋ ਹੱਲ ਆ, ਚੜੇ ਹੋਲਡਰ 'ਤੇ ਖੜਦਾ ਇਹੀ ਚੱਕ ਦੇਣਾ, ਨਹੀਂ ਤਾਂ ਵੀਰੇ ਇਹ ਘਰ ਤੱਕ ਜਮਾਂ ਹੀ ਨਲਾ ਦੂਗਾ। ਜਾ ਪਿੱਛੇ, ਆਪਕੋ ਬੁਲਾ ਰਹੇ ਹੈ, ਸੋਚੋ ਪਿੱਛੇ ਪਹੁੰਚਾ ਤਾ ਆ ਮੂਹਰੇ ਆ ਗਿਆ, ਕਰ ਕੁਛ ਇਹਦਾ ਕਿਹੜੀ। ਚੱਲ ਵੀ ਇਹਨੂੰ ਇੱਧਰੋਂ ਕੱਢ ਕੇ ਪਿੱਛੋਂ ਪਾੜਨਾ ਤਾ। ਰੋਡ ਹੈ ਜੇ ਠੀਕ ਹੈ ਨਾ, ਰੋਡ ਪੀ ਲਿਆ, ਰੋਡਾਂ ਨੇ ਦੁਖੀ ਕਰ ਲਿਆ ਬਾਈ। ਬਾਈ ਆਪਾਂ ਤਾਂ ਉਹੀ ਕਹੀ ਜਾਂਦੇ ਇੱਧਰ ਤਾਂ ਸੱਚੀ ਬਹੁਤ ਬੁਰਾ ਹਾਲਾ ਰੋਡਾਂ ਦਾ, ਚੰਗਾ ਭਲਾ ਹਾਈਵੇ ਜਾਂਦੇ ਜਾਂਦਾ ਵਿੱਚੋਂ ਟੁੱਟੇ ਜਾਂਦੇ, ਗਾਂ ਦੇਖਦੇ ਹਾਈਵੇ ਨਹੀਂ ਪਾਣੀ ਹੋਇਆ। ਬਸ ਬਹੁਤ ਧਿਆਨ ਨਾਲ ਗੱਡੀ ਚਲਾਉਣੀ ਪੈਂਦੀ, ਇੱਕ ਗੱਡੀ ਦੀ ਆਪਣੀ ਇਹਦੀ ਲਾਈਟ ਡਿੰਮ ਆ ਥੋੜ੍ਹੀ ਜਿਹੀ, ਕੱਲ੍ਹ ਵੀ ਆ ਕੇ ਪਹਿਲਾਂ ਇਹਦੀਆਂ ਲਾਈਟਾਂ ਚੇਂਜ ਕਰਾਉਣੀਆਂ ਨੇ। ਹਾਂਜੀ ਪਟਿਆਲੇ ਪਹੁੰਚ ਗਏ ਹਾਂ, ਮੈਨੂੰ ਪਤਾ ਮੈਂ ਇੱਥੇ ਤੱਕ ਗੱਡੀ ਕਿਵੇਂ ਲੈ ਕੇ ਆਇਆ। 2:30 ਵੱਜ ਗਏ ਨੇ, 2:30 ਮਤਲਬ ਤਾਂ 4 ਵਜੇ ਤੱਕ ਘਰ ਪਹੁੰਚਾਂਗੇ। ਚਲੋ ਦੇਖਦੇ ਹਾਂ, ਰਾਹ 'ਚ ਬੁਲਾਇਆ ਵੀਰਾ, ਸਵੇਰਿਓਂ ਜਾਊਂਗਾ ਫਾਰਮ 'ਤੇ। ਹੁਣ ਸੱਚੀ ਮੇਰੇ ਜਾਣ 'ਚ ਗੁੰਜਾਇਸ਼ ਨਹੀਂ ਹੈ ਕਿ ਮੈਂ ਫਾਰਮ ਹਾਊਸ 'ਤੇ ਚੱਲਿਆ ਵਾਂ। ਕੰਟੀਨਿਊ ਸਟ੍ਰੇਟ ਪਾਸਟ ਮੈਗਜ਼ੀਨ ਪੈਰਾਡਾਈਜ਼ ਬੁੱਕ ਸ਼ਾਪ ਐਂਡ ਸਟੇਸ਼ਨਰੀ ਸ਼ਾਪ ਔਨ ਟੂ ਰਾਜਬਹਾਰ ਰੋਡ, ਦੈਨ ਸਲਾਈਡ ਰਾਈਟ ਟੂ ਸਟੇ ਔਨ ਰਾਜਬਹਾਰ ਰੋਡ। ਉੱਥੋਂ ਫਾਰਮ 'ਤੇ ਲੈ ਜਾਣਗੇ ਇਹਨੂੰ,
ਹੁਣ ਗੱਡੀ ਵੀ ਸਾਰੀ ਧਵਾਉਣੀ ਪੈਣੀ ਆ ਬੜਾ ਸੋਹਣਾ ਨਾਸ ਮਾਰਦਾ ਇਹਨੇ ਬਹੁਤ ਵੀ ਯਾਨੀ ਕਿ ਹੁਣ ਚਲੋ